फिलौर पुलिस ने समग्लर शिंदा नू 1 किलो हेरोइन, 1 पिस्टल 9 mm, 5 जिंदा रौंद 9 mm, 2 चले हुए रौद, 2 कारा अते 8,50,000 रुपए डरग मनी समेत कीता काबू। फिलौर पत्रकारां नू जानकारी दिंदे हुए श्री मुखविंदर सिंह पुल्लर PPS सीनियर पुलिस कप्तान जलंधर देहाती जी ने दस्या के इंस्पैक्टर सुरेंद्र कुमार मुख अफसर थाना फिलौर ने समेत पुलिस पार्टी मिति 14 अक्टूबर 2023 नू गुप्त सूचना दे आधार पर मुकदमा नंबर 158 मिति 14 जून 2023 15C 29 NDPS एकट थाना फिलौर विच लोड़ी दे मुख दोषी सुरेंद्र सिंह उर्फ शिंदा पुत्र हरबंस सिंह वासी बुरज हसन थाना बिलगा जिला जलंधर देहाती नू गिरफ्तार करन लई थाना नूरमहिल पुलिस नू नाल लैके शिवा टैट हाउस नूरमहिल नेड़े एक बंद पई कोठी विच स्पैशल ऑपरेशन करके रेड कीता गया, जिथे कोठी विच बने कमरे विच उकत दोषी दे मौजूद होन बारे पुख्ता जानकारी सी, जो दोषी ने पुलिस पार्टी नू कोठी अंदर दाखिल हुंदिया देख के अपनी गिरफ्तारी तो बचण लई फायरिंग कर दित्ती, जो इस दौरान पुलिस पार्टी जिस विच थाना नूरमहिल दे कर्मचारी भी नाल सी ने बड़ी ही होशियारी नाल दोषी सुरेंद्र उर्फ शिंदा नू गिरफ्तार करन विच सफलता हासिल कीती अते दोषी उकत पासों 1 पिस्टल 9 mm समेत 5 जिंदा रौद 9 mm, 2 चले हुए रौद बरामद कीते गए, जो उकत दोषी नू गिरफ्तार करन तो बाद हुण तक 1 किलो हैरोइन, 2 कारा अते 8,50,000 रुपए डरग मनी, 1 पिस्टल 9 mm समेत 5 जिंदा रौंद 9 mm, 2 चले हुए रौंद बरामद हो चुके हैं, जो मुढ़ली पुछगिछ तो एक गल सामने आई है कि सुरेंद्र सिंह उर्फ शिंदा वड्डे पद्धर ते नशे दा कारोबार लुक छिप के काफी समय तो आसपास दे पिंडा विच नशा वेचण दा कारोबार कर रहा सी अते इसने इस कारोबार तो काफी जायदाद बनाई हुई है अते ए वड्डे पद्धर ते डोडे चूरा पोसत अते हेरोइन दूजे राजा विचों सस्ते पा लिया के महंगे भा वेचदा है, इस दा पुलिस रिमांड हासिल कीता जा रहा है जिस तो होर भी अम खुलासे होण दी संभावना है। हां जी सर, ਸਾਡੇ ਜਿਹੜਾ ਨਸ਼ਾ ਤਸਕਰ ਬਣਾਇਆ ਹੈਗਾ ਤੁਸੀਂ ਸਰ ਕਿੱਥੋਂ ਤੁਸੀਂ ਬਣਾਇਆ ਹੈਗਾ, ਕਿੰਨਾ ਕੁ ਕੁਛ ਤਵਰ ਕਵਰ ਕੀਤਾ ਹੈਗਾ ਸਰ? ਇਹ ਬਿਲਗੇ ਏਰੀਆ ਦੇ ਨੇੜੇ ਬੁਰਜ ਹਸਨ ਪਿੰਡ ਹੈ, ਉੱਥੋਂ ਦਾ ਇੱਕ ਕਾਫੀ ਸਮੇਂ ਤੋਂ ਭਗੌੜਾ ਚੱਲਦਾ ਆ ਰਿਹਾ ਸੁਰਿੰਦਰ ਸ਼ਿੰਦਾ ਨਾਮਕ ਵਿਅਕਤੀ, ਜਿਹਦੇ ਤੇ ਫਲੋਰ ਏਰੀਆ ਦੇ ਵਿੱਚ ਤੇ ਵੱਖ ਵੱਖ ਬਾਕੀ ਡਿਸਟ੍ਰਿਕਟ ਦੇ ਵਿੱਚ ਕਾਫੀ ਮੁਕੱਦਮੇ ਦਰਜ ਨੇ, ਜਿਨ੍ਹਾਂ ਦੇ ਵਿੱਚ 307 NDPS ਦੇ ਮੁਕੱਦਮਿਆਂ ਦੇ ਵਿੱਚ ਇਹ ਲੋੜੀਂਦਾ ਸੀਗਾ। ਕੱਲ ਰਾਤ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਜਿਹਦੇ ਆਧਾਰ ਤੇ ਅਸੀਂ ਨੂਰ ਮਹਿਲ ਦੇ ਵਿੱਚ ਇੱਕ ਰੇਡ ਕੀਤੀ ਸੀ ਜਿੱਥੇ ਇਹ ਲੁਕ ਛਿਪ ਕੇ ਰਹਿ ਰਿਹਾ ਸੀ, ਤੇ ਉੱਥੇ ਰੇਡ ਜਦੋਂ ਅਸੀਂ ਕੀਤੀ ਤਾਂ ਇਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਉਹ ਤੋਂ ਬਾਅਦ ਭੱਜਣ ਲੱਗਿਆ ਇਹ, ਤਾਂ ਪਰ ਪੁਲਿਸ ਨੇ ਇਹਨੂੰ ਬੜੀ ਮੁਸਤੈਦੀ ਨਾਲ ਦਬੋਚ ਲਿਆ ਬਿਨਾਂ ਆਪਣੀ ਜਾਨ ਦੀ ਪਰਵਾਹ ਕਰੇ, ਤੇ ਦਬੋਚਣ ਤੋਂ ਬਾਅਦ ਇਹਦੇ ਕੋਲੋਂ ਸਾਨੂੰ 1 9 mm ਪਿਸਟਲ, 5 ਜਿੰਦਾ ਰਾਊਂਡ, 1 ਕਿਲੋ ਹੀਰੋਇਨ, 2 ਚੱਲੇ ਹੋਏ ਰਾਊਂਡ, 2 ਕਾਰਾਂ ਜਿਹੜੀਆਂ ਕਿ ਬਿਲਕੁਲ ਹੀ ਬ੍ਰਾਂਡ ਨਿਊ ਕਾਰਾਂ ਨੇ ਕੀਆ ਤੇ ਵਰਨਾ, ਤੇ 8.5 ਲੱਖ ਰੁਪਈਆ ਜਿਹੜੀ ਡਰੱਗ ਮਨੀ ਰਿਕਵਰ ਹੋਈ ਹੈ। ਤੇ ਇਹਦੇ ਵਿੱਚ ਜਿਹੜੀ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਨੂੰ ਡਿਵੈਲਪ ਕਰ ਰਹੇ ਹਾਂ। ਸਰ ਬੈਕਗ੍ਰਾਉਂਡ ਕੀ ਹੈ? ਇਹਦਾ ਬੈਕਗ੍ਰਾਉਂਡ ਇਹ ਹੈ ਜੀ, ਪਹਿਲਾਂ ਤਾਂ ਇਹ ਫਲੋਰ ਦੇ ਇੱਕ ਡੋਡਿਆਂ ਦਾ ਟਰੱਕ ਸੀਗਾ, 6-7 ਮਹੀਨੇ ਪਹਿਲਾਂ ਫੜਿਆ ਸੀਗਾ, ਉਹਦੇ ਵਿੱਚ ਲੜਿੰਦਾ ਸੀਗਾ। ਇੱਕ ਬਿਲਗੇ ਦੇ ਵਿੱਚ ਸਾਡੇ 307 ਦਾ ਪਰਚਾ ਦਰਜ ਹੈ, ਇਹਦੇ ਵਿੱਚ ਹੋਰ ਵੀ ਵੱਖ ਵੱਖ ਸ਼ਹਿਰਾਂ 'ਚ ਜਿਵੇਂ ਕਪੂਰਥਲੇ ਇੱਕ ਪਰਚਾ ਦਰਜ ਹੈ, ਇਹਦੇ 'ਤੇ ਧੂਰੀ ਵੀ ਇੱਕ ਪਰਚਾ ਦਰਜ ਹੈ। ਕਾਫੀ ਜਗ੍ਹਾ ਤੇ ਇਹ ਲੜਿੰਦਾ ਭਗੌੜਾ ਕਾਫੀ ਸਮੇਂ ਤੋਂ ਭਗੌੜਾ ਚੱਲਦਾ ਆ ਰਿਹਾ ਸੀਗਾ। ਸਾਡੀ ਪਾਰਟੀ ਨੇ ਕੱਲ ਬਹੁਤ ਜ਼ਿਆਦਾ ਹਿੰਮਤ ਦੇ ਨਾਲ ਇਹਨੂੰ ਪਕੜਿਆ, ਜਿਹਦੇ ਵਿੱਚ 2-4 ਮੁਲਾਜ਼ਮਾਂ ਦੇ ਸਾਡੇ ਮਾਈਨਰ ਇੰਜਰੀਜ਼ ਆਈਆਂ ਨੇ, ਪਰ ਕੋਈ ਵੱਡੀ ਇੰਜਰੀ ਨਹੀਂ ਆਈ ਹੈਗੀ। ਫਾਇਰ ਕਿੰਨੇ? 2 ਫਾਇਰ ਹੋਏ ਨੇ ਸਰ। ਉਹਦੇ ਕੋਲੋਂ ਕੀਤਾ ਗਿਆ ਜਾਂ ਜਵਾਬੀ ਫਾਇਰਿੰਗ ਹੋਈ? ਨਹੀਂ ਨਹੀਂ, ਜਵਾਬੀ ਫਾਇਰ ਦੀ ਪੁਲਿਸ ਨੂੰ ਲੋੜ ਨਹੀਂ ਪਈ, ਇਹਨੂੰ ਬਿਨਾਂ ਫਾਇਰਿੰਗ ਤੋਂ ਹੀ ਦਬੋਚ ਲਿਆ ਗਿਆ। ਭੱਜਣ ਦੀ ਇਹ ਕੋਸ਼ਿਸ਼ ਕਰਦਾ ਸੀ, ਜਿਹਦੇ ਵਿੱਚ ਦੌਰਾਨੇ ਇਹਨੂੰ ਕੁਝ ਸੱਟਾਂ ਵੀ ਲੱਗੀਆਂ ਨੇ, ਜਿਹਦਾ ਅਸੀਂ ਮੈਡੀਕਲ ਕਰਵਾ ਕੇ ਅੱਗੇ ਇਹਦੀ ਜਾਂਚ ਕਰਾਂਗੇ। ਗੱਡੀਆਂ ਕਹਿੰਦੀਆਂ ਜੀ ਜਿਹੜੀ ਆਪਣੀਆਂ ਆ ਉਹ ਵੀ ਕੋਈ ਲੁੱਟ ਹੋਈ? ਨਹੀਂ, ਗੱਡੀਆਂ ਹਜੇ ਤੱਕ ਜਿਹੜੀ ਮੁੱਢਲੀ ਪੁੱਛ ਗਿੱਛ ਚ ਆਇਆ ਕਿ ਇਹਦੀਆਂ ਆਪਣੀਆਂ ਨੇ, ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਉਹ ਵੀ ਡਰੱਗ ਮਨੀ ਨਾਲ ਹੀ ਲਈ ਹੋਈ? ਡਰੱਗ ਮਨੀ ਦੇ ਨਾਲ। ਇਹਦੀ ਪ੍ਰਾਪਰਟੀ ਵਗੈਰਾ? ਪ੍ਰਾਪਰਟੀ ਅਸੀਂ ਇਹਦੀ ਕੁਝ ਛਾਣਬੀਨ ਕਰ ਰਹੇ ਹਾਂ, ਬਾਕੀ ਕੁਝ ਜਿਵੇਂ 2 ਕਨਾਲ ਜਗ੍ਹਾ ਇਹਦੀ ਬਿਲਗੇ ਪਿੰਡ ਦੇ ਨੇੜੇ ਤਲਵਣ ਪਿੰਡ ਦੇ ਵਿੱਚ ਸਾਨੂੰ ਪਤਾ ਲੱਗੀ ਹੈ, ਬਾਕੀ ਹੋਰ ਵੀ ਅਸੀਂ ਜਿਹੜੀਆਂ ਰੈਵਨਿਊ ਡਿਪਾਰਟਮੈਂਟ ਤੋਂ ਇਹਦਾ ਰਿਕਾਰਡ ਲਵਾਂਗੇ ਤੇ ਜਿਹੜੀਆਂ ਵੀ ਇਹਦੀਆਂ। ਪ੍ਰੋਫੈਸ਼ਨ ਕੀ ਕਰ ਰਹੇ ਹੋ? ਪ੍ਰੋਫੈਸ਼ਨ ਇਹਦਾ ਇਹੀ ਆ, ਤੁਹਾਨੂੰ ਦੱਸ ਰਿਹਾ, ਕਾਫੀ ਸਾਲਾਂ ਦੇ ਵਿੱਚੋਂ ਕਾਫੀ ਪਿਛਲੇ ਤਕਰੀਬਨ 15-20 ਸਾਲ ਤੋਂ ਇਹ ਇਹਦੇ ਵਿੱਚ ਇਨਵੋਲਵਡ ਹੈ, ਤੇ ਪਿਛਲੇ ਕੁਝ ਮੁਕੱਦਿਆਂ ਦੇ ਵਿੱਚ ਇਹਦੀ ਅਰੈਸਟ ਵੀ ਪਈ ਹੈ, ਤੇ ਕੁਝ ਦੇ ਵਿੱਚ ਇਹ ਭਗੌੜਾ ਚੱਲਿਆ ਆ ਰਿਹਾ। ਨੈਟਵਰਕ ਕਿੰਨਾ ਕਹਿ ਰਿਹਾ? ਨੈਟਵਰਕ ਨੈਟਵਰਕ ਨਹੀਂ, ਇਹਦੇ ਵਿੱਚ ਮਾਸਟਰ ਮਾਈਂਡ ਇਹੀ ਹੈ, ਪਰ ਇਹਦੀ ਜਿਹੜੀ ਬਾਕੀ ਟੋਲੀ ਆ ਉਹਦੇ ਵਿੱਚ ਕੁਝ ਬੰਦੇ ਹੈਗੇ ਨੇ, ਇਨਵੈਸਟੀਗੇਸ਼ਨ 'ਚ ਆਏ ਨੇ ਸਾਡੇ ਕੋਲ, ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ। ਕਿੰਨਾ ਰਿਮਾਂਡ ਹੈ ਜੀ? ਇਹਦਾ ਰਿਮਾਂਡ ਹੁਣ ਅਸੀਂ ਅੱਜ ਪੇਸ਼ ਕਰਕੇ ਲਵਾਂਗੇ।